ਤੇ ਕਿੱਥੋਂ ਦੇ ਰਹਿੰਦੇ? ਹਾਂਜੀ, ਮੇਰਾ ਨਾਮ ਰਮਨ ਹੈ ਜੀ, ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ 'ਚ ਰਹਿਣ ਵਾਲੀ ਹਾਂ। ਮੈਮ, ਕੀ ਕਹਿਣਾ ਚਾਹੋਗੇ? ਬੱਚੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ, ਕਈ ਜਿਹੜੇ ਮਾਪੇ ਨੇ ਉਹ ਡਿਪਰੈਸ਼ਨ 'ਚ ਜਾ ਰਹੇ ਨੇ, ਇਹ ਚੀਜ਼ ਤੁਹਾਡੇ 'ਤੇ ਵਾਪਰੀ ਆ, ਕਿੱਦਾਂ ਡਿਪਰੈਸ਼ਨ 'ਚੋਂ ਬਾਹਰ ਨਿਕਲੇ? ਡਿਪਰੈਸ਼ਨ 'ਚੋਂ ਬਾਹਰ ਨਿਕਲਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਮੈਸੇਜ ਦਿਓ ਕਿ ਮੈਂ ਖੁਸ਼ ਰਹਿਣਾ, ਮੈਂ ਖੁਸ਼ ਰਹਿਣਾ। ਉਹਦੇ ਲਈ ਬਿਜ਼ੀ ਹੋ ਜਾਓ, ਸਭ ਤੋਂ ਜ਼ਰੂਰੀ ਬਿਜ਼ੀ ਹੋਣਾ ਆ। ਜਦੋਂ ਅਸੀਂ ਵਿਹਲੇ ਹੁੰਦੇ ਹਾਂ, ਡਿਪਰੈਸ਼ਨ ਉਦੋਂ ਹਾਵੀ ਹੁੰਦਾ ਤੁਹਾਡੇ 'ਤੇ। ਅਦਰਵਾਈਜ਼ ਡਿਪਰੈਸ਼ਨ ਨਾਮ ਦੀ ਕੋਈ ਚੀਜ਼ ਐਸੀ ਇਹ ਹੈ ਨਹੀਂ ਕਿ ਤੁਹਾਨੂੰ ਮਤਲਬ ਇਹਦੇ 'ਚੋਂ ਨਹੀਂ ਨਿਕਲਿਆ ਜਾ ਸਕਦਾ। ਹਾਂ, ਪਰ ਇਹ ਇੱਕ ਬਹੁਤ ਵੱਡੀ ਚੀਜ਼ ਵੀ ਆ ਕਿ ਇਹਨੂੰ ਇਹਦੇ 'ਚੋਂ ਨਿਕਲਣਾ, ਕਿ ਸਮਝੋ ਵੀ ਕਿਸੇ ਕੰਟਰੀ ਦੀ ਤੁਸੀਂ ਜੰਗ ਜਿੱਤ ਕੇ ਬਾਹਰ ਨਿਕਲੇ ਹੋ। ਮਤਲਬ ਮਨ ਜੀਤੇ ਜਗ ਜੀਤ, ਆਪਣੇ ਮਨ ਨੂੰ ਜਿੱਤਣਾ ਆ, ਬਾਕੀ ਸਭ ਚੀਜ਼ਾਂ ਨੂੰ ਪਿੱਛੇ ਛੱਡ ਕੇ। ਉਹਦੇ ਲਈ ਬਿਜ਼ੀ ਰਹਿਣਾ, ਨੇਚਰ ਨਾਲ ਜੁੜਨਾ, ਤੁਸੀਂ ਪਲਾਂਟਸ ਨਾਲ ਹੌਲੀ ਹੌਲੀ, ਕੁਦਰਤ ਆਪੇ ਤੁਹਾਡਾ ਸਾਥ ਦਊਗੀ। ਉਹ ਹਾਲਾਤ ਆਪੇ ਉੱਦਾਂ ਦੇ ਬਣ ਜਾਂਦੇ ਆ, ਜਿੱਦਾਂ ਦੇ ਤੁਸੀਂ ਐਫਰਟਸ ਕਰਦੇ ਹੋ, ਫਿਰ ਸਾਰਾ ਕੁਛ ਤੁਹਾਡੇ ਫੇਵਰ 'ਚ ਹੋਣ ਲੱਗ ਜਾਂਦਾ ਹੈ। ਪੰਜਾਬ ਦੇ ਵਿੱਚ ਪੰਜਾਬ ਖਾਲੀ ਹੁੰਦਾ ਜਾ ਰਿਹਾ, ਨਸ਼ੇ ਦੀ ਦਲ 'ਚ ਵੀ ਨੌਜਵਾਨ ਫਸ ਰਹੇ ਅਤੇ ਵਿਦੇਸ਼ਾਂ ਦਾ ਰੁੱਖ ਵੀ ਕਰ ਰਹੇ। ਹਾਂ ਬਿਲਕੁਲ। ਬੱਚੇ ਤੁਹਾਡੇ ਵੀ ਬਾਹਰ ਗਏ, ਕਿਹੜੇ ਸੰਚ ਗਏ ਸਨ? ਬੱਚੇ 2000 'ਚ ਗਏ ਸੀਗੇ, 2020 'ਚ ਗਏ ਸੀਗੇ। ਅਤੇ ਬੱਚਿਆਂ ਦੀ ਵੀ ਮਜਬੂਰੀ ਆ, ਬੱਚਿਆਂ ਕੋਲ ਕੰਮ ਨਹੀਂ ਆ, ਮਤਲਬ ਬੱਚੇ ਵੀ ਅਤੇ ਪੇਰੈਂਟਸ ਦੋਨੋਂ ਹੀ ਮਜਬੂਰ ਆ। ਅਤੇ ਕੰਮ ਆਪਾਂ ਕੰਮ ਲਈ ਐਫਰਟਸ ਕਰਨੇ ਛੱਡ ਦਿੱਤੇ, ਕੰਮ ਲਈ ਐਫਰਟਸ ਕਰਨੇ ਬਹੁਤ ਜ਼ਰੂਰੀ ਆ ਬੱਚਿਆਂ ਨੂੰ। ਮਤਲਬ ਉਹਨਾਂ ਕੋਲ ਜੇ ਕੰਮ ਹੋਊਗਾ, ਬਿਜ਼ੀ ਹੋਣਗੇ ਤਾਂ ਨਹੀਂ ਭੱਜਣਗੇ ਆਪਣੇ ਘਰ ਛੱਡ ਕੇ। ਜੋ ਆਪਾਂ ਕੈਨੇਡਾ ਦੇ ਹਾਲਾਤ ਵੇਖਦੇ ਪਏ ਹਾਂ ਕਿ ਬੁਰੇ ਹਾਲ, ਬੱਚੇ ਕਿੱਦਾਂ ਤੰਬੂ ਲਾ ਕੇ। ਇੱਕ ਮੈਂ ਵੀਡੀਓ ਵੇਖਦੀ ਪਈ ਸੀ ਕਿਸੇ ਪਾਰਕ 'ਚ ਕੁੜੀਆਂ ਸੁੱਤੀਆਂ ਹੋਈਆਂ ਆ ਉਹ ਪਾਰਕ 'ਚ, ਮਤਲਬ ਉਹ ਕਿੰਨਾ ਔਖਾ ਆ। ਅਤੇ ਜੇ ਉਹਨਾਂ ਕੋਲ ਇੱਥੇ ਕੰਮ ਹੋਵੇ, ਉਹਨਾਂ ਨੂੰ ਪਤਾ ਹੋਏਗੀ ਸਾਡੀ ਤਰੱਕੀ ਹੋ ਰਹੀ ਆ, ਤਾਂ ਉਹ ਕਿਉਂ ਭੱਜਣ? ਪਰ ਲੱਗਦਾ ਕਿ ਪਿਛੇ ਮਾਪਿਆਂ ਦੇ ਬਹੁਤ ਮਾੜੇ ਹਾਲਾਤ ਨੇ। ਹਾਂ ਬਿਲਕੁਲ, ਚਲ ਗਏ ਬਿਲਕੁਲ। ਕਈਆਂ ਦੇ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਕੋਈ ਮੈਡੀਸਿਨ ਦੇਣ ਵਾਲਾ ਕੋਈ ਨਹੀਂ ਹੈਗਾ। ਹਾਂ ਬਿਲਕੁਲ। ਅਤੇ ਬੱਚਿਆਂ ਦੇ ਵੀ, ਮਤਲਬ ਬੱਚਿਆਂ ਦੇ ਹਾਲਾਤ ਵੀ ਬਹੁਤ ਮਾੜੇ ਆ। ਦੋਨੋਂ ਬੱਚੇ, ਦੋਨਾਂ ਨੂੰ ਜਾ ਕੇ ਉੱਥੇ ਮੇਰੇ ਖਿਆਲ 'ਚ 20-20 ਗੋਲੀਆਂ ਇਹ ਦੋਨੋਂ ਬੱਚੇ ਰਸਤੇ 'ਚ ਖਾ ਗਏ ਸੀ। ਉਦੋਂ ਕੋਵਿਡ ਦਾ ਸਮਾਂ ਚੱਲਦਾ ਸੀ ਅਤੇ ਦੋਨਾਂ ਨੂੰ ਬੁਖਾਰ ਚੜਿਆ। ਮਤਲਬ ਘਰ ਛੱਡਣਾ ਬਹੁਤ ਵੱਡੀ ਗੱਲ ਆ, ਉਹ ਸੌਖੀ ਗੱਲ ਨਹੀਂ ਆ। ਲੱਗਦਾ ਕਿ ਜੇਲ੍ਹ ਵਾਲਾ ਸਿਸਟਮ ਬਣ ਜਾਂਦਾ ਕਿ ਇਕੱਲਾ ਬੰਦਾ ਰਹਿਣ ਦਾ, ਇਕੱਲਾ ਵੇਖਦੇ ਪਏ। ਹਾਂ ਬਿਲਕੁਲ। ਅਤੇ ਬੱਚਿਆਂ ਲਈ ਵੀ ਘਰ ਛੱਡਣਾ ਔਖਾ ਨਹੀਂ, ਉਹਨਾਂ ਦੋਵਾਂ ਨੂੰ ਵੀ ਰਸਤੇ 'ਚ ਬੁਖਾਰ ਚੜਿਆ, ਇੱਕ ਉਹ ਵੀ ਮੈਨੂੰ ਸਟ੍ਰੈਸ ਹੋਇਆ। ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਸਾਨੂੰ ਛੋਟੇ ਛੋਟੇ, ਜਿਹੜਾ ਜਿਹਨੂੰ ਜਿਹੜਾ ਬਿਜ਼ਨਸ ਠੀਕ ਲੱਗਦਾ ਹੈ, ਹੈ ਨਾ, ਜ਼ਰੂਰੀ ਨਹੀਂ ਕਿ ਹੁਣ ਸਾਰੇ ਪਲਾਂਟਸ ਪਿੱਛੇ, ਆਪਾਂ ਛੋਟੇ ਛੋਟੇ ਐਫਰਟਸ ਕਰਕੇ। ਜੇ ਫਿਰ ਵੀ ਨਹੀਂ ਹੋਊਗਾ ਤਾਂ ਕੋਈ ਗੱਲ ਨਹੀਂ, ਫਿਰ ਪਰ ਇਹ ਅਫਸੋਸ ਤਾਂ ਨਹੀਂ ਹੋਏ ਕਿ ਅਸੀਂ ਐਫਰਟਸ ਨਹੀਂ ਕੀਤੇ। ਕਈ ਹਸਪੀਟਲ ਡਿਪਰੈਸ਼ਨ ਕਰਕੇ ਬਜ਼ੁਰਗ ਜਾਂ ਮਹਿਲਾ ਲੰਮਾ ਪਈਆਂ ਹੋਈਆਂ ਕਿ ਡਿਪਰੈਸ਼ਨ ਬਹੁਤ ਜ਼ਿਆਦਾ ਇੱਕ ਫੈਮਿਲੀ ਦੇ ਵਿੱਚ ਪੈ ਜਾਂਦਾ। ਬਿਲਕੁਲ ਬਿਲਕੁਲ ਹੁੰਦਾ ਆ, ਇਹ ਬਹੁਤ ਜ਼ਿਆਦਾ ਹੁੰਦਾ ਆ। ਪਰ ਜਿਹੜਾ ਮਹਿਸੂਸ ਕਰਦਾ, ਡਿਪਰੈਸ਼ਨ ਇੱਕ ਇੱਦਾਂ ਦੀ ਚੀਜ਼ ਆ, ਦੂਜਾ ਉਹਨੂੰ ਬੰਦਾ ਉਹਨੂੰ ਸਮਝ ਹੀ ਨਹੀਂ ਸਕਦਾ। ਜਿਹਦੇ 'ਤੇ ਉਹ ਚੀਜ਼ ਵਾਪਰੀ ਆ ਉਹਨੂੰ ਹੀ ਪਤਾ ਆ ਕਿ ਇਹ ਤਕਲੀਫ ਇਹ ਕਿੰਨੀ ਕੁ, ਮਤਲਬ ਤੁਹਾਡੀ ਜਾਨ ਵੀ ਲੈ ਸਕਦੀ ਆ। ਰਿਸ਼ਤੇਦਾਰ ਵੀ ਮੁੱਕ ਮੋੜ ਜਾਂਦੇ। ਹਾਂ ਬਿਲਕੁਲ ਬਿਲਕੁਲ, ਕੋਈ ਨਹੀਂ ਤੁਹਾਡੀ ਬਾਤ ਪੁੱਛਦਾ, ਇਹ ਚੀਜ਼ ਆ। ਪਰ ਠੀਕ ਆ, ਨਹੀਂ ਉਹ ਉਹਨਾਂ ਦੀ ਮਰਜ਼ੀ, ਸਭ ਆਪਣੇ ਆਪਣੇ ਜਗ੍ਹਾ ਖੁਸ਼ ਰਹਿਣ। ਪਰ ਤੁਸੀਂ ਛੋਟੇ ਛੋਟੇ ਐਫਰਟਸ ਕਰਕੇ ਆਪਾਂ ਕਰ ਸਕਦੇ ਹਾਂ। ਮੈਨੂੰ ਇਹ ਲੱਗਦਾ ਕਿ ਕੁਛ ਵੀ ਦੁਨੀਆ 'ਚ ਅਜਿਹਾ ਨਹੀਂ ਕਿ ਜਿਹੜਾ ਆਪਾਂ ਨਹੀਂ ਕਰ ਸਕਦੇ, ਸਭ ਕੁਛ ਹੋ ਸਕਦਾ ਆ। ਹੁਣ ਲਾਈਫ ਕਿੱਦਾਂ ਦੀ ਚੱਲਦੀ ਪਈ? ਬਹੁਤ ਵਧੀਆ, ਬਹੁਤ ਖੁਸ਼ ਆ। ਮੈਂ ਸਵੇਰੇ 6 ਵਜੇ ਦੀ ਕੰਮ 'ਤੇ ਲੱਗੀ ਹਾਂ, ਭਾਵੇਂ ਮੈਨੂੰ 10 ਵੱਜਣ, ਕੋਈ ਥਕਾਵਟ ਨਹੀਂ, ਕੋਈ ਕੁਛ ਨਹੀਂ। ਕੁਦਰਤ ਦੀਆਂ ਚੀਜ਼ਾਂ, ਹਾਂ, ਕੁਦਰਤ ਮਤਲਬ ਸਾਨੂੰ ਵੇਖੋ ਕੁਦਰਤ ਕਿੰਨਾ ਕੁਛ ਦਿੰਦੀ ਆ, ਅਤੇ ਅਸੀਂ ਕੁਦਰਤ ਤੋਂ ਕਿੰਨਾ ਦੂਰ ਜਾ ਰਹੇ ਹਾਂ। ਇੱਕ ਸਟ੍ਰੈਸ 'ਚੋਂ ਨਿਕਲਣਾ, ਮੈਡੀਸਨ ਉਨੀ ਤੁਹਾਡੀ ਹੈਲਪ ਨਹੀਂ ਕਰਦੀ ਜਿੰਨੀ ਤੁਹਾਡੇ ਪਲਾਂਟਸ, ਜਿੰਨੇ ਮਤਲਬ ਕੁਦਰਤ, ਇਹ ਸਾਫ਼ ਹਵਾ, ਵਾਤਾਵਰਨ ਸਾਫ਼,
ਤੁਸੀਂ ਟ੍ਰੀ ਮੋਰਿੰਗਾ ਟ੍ਰੀ ਲਗਾਓ, ਸਾਰੇ ਜਿਹੜੇ ਆ ਆਪਣੇ ਵਾਤਾਵਰਨ ਨੂੰ ਸ਼ੁੱਧ ਸਾਫ਼ ਹਵਾ ਦਿੰਦੇ ਆ, ਉਹ ਜ਼ਰੂਰ ਹੈਲਪ ਕਰਨਗੇ। ਪਹਿਲੇ ਯਾਦ ਆਉਂਦੇ ਆ ਜਦੋਂ ਬੱਚੇ ਆਵਾਜ਼ਾਂ ਮਾਰਦੇ ਜੀ ਕਮਰਿਆਂ ਦੇ ਵਿੱਚ ਪਾਣੀ ਕਦੇ ਖਾਣਾ, ਉਹ ਦੇਖਦੇ ਤਾਂ ਹਾਂ ਬਿਲਕੁਲ ਆਉਂਦੇ ਆ, ਪਰ ਜਦੋਂ ਬਿਜ਼ੀ ਰਹੋ ਫਿਰ ਉਹ ਘੱਟ ਜਾਂਦੇ ਆ। ਇਹੀ ਸੋਚ ਸੋਚ ਕੇ ਤਾਂ ਫਿਰ ਡਿਪਰੈਸ਼ਨ ਹੁੰਦਾ ਆ ਕਿ ਹਾਂ ਸਾਨੂੰ ਸਾਡੇ ਕੋਲੋਂ ਕੁਛ ਕੋਈ ਰੋਟੀ ਪਾਣੀ ਚਾਹ ਮੰਗਣ ਵਾਲਾ ਨਹੀਂ, ਕਿੱਥੇ ਕਿਸੇ ਘਰ 'ਚ 10-10 ਮੁੰਡੇ ਜਵਾਨ, ਕੋਈ 19 ਸਾਲ ਦਾ, ਕੋਈ 20 ਸਾਲ ਦਾ, ਕੋਈ 22 ਸਾਲ ਦਾ ਬੈਠੇ ਆ। ਜਦੋਂ ਤੋਂ ਬੱਚੇ ਘਰ ਤੋਂ ਬਾਹਰ ਗਏ ਆ, ਮਤਲਬ ਸਾਡਾ ਗੇਟ ਪੂਰਾ ਕਦੀ ਉਹਨੂੰ ਮਾੜਾ ਜਿਹਾ ਵੀ ਅਸੀਂ ਨਹੀਂ ਸੀ ਖੋਲ੍ਹਿਆ ਖੁੱਲ੍ਹਾ, ਅਤੇ ਉਸ ਤੋਂ ਬਾਅਦ ਉਹ ਕਦੀ ਖੁੱਲ੍ਹਾ ਨਹੀਂ ਉੱਦਾਂ। ਸਾਰਾ ਗਲੀ ਗੁਆਂਢ ਵੀ ਇਹ ਚੀਜ਼ ਨੋਟਿਸ ਕਰਦਾ ਸੀ ਕਿ ਬੱਚਿਆਂ ਦੇ ਜਾਣ ਤੋਂ ਬਾਅਦ ਉਹ ਇਹ ਦਰਵਾਜ਼ਾ ਉਹਨਾਂ ਚੌੜ ਚਪੱਟ ਖੁੱਲ੍ਹਾ ਨਹੀਂ ਕਦੀ ਵੀ, ਹੈ ਨਾ। ਇਹ ਚੀਜ਼ ਆ, ਸੋ ਇਹ ਚੀਜ਼ਾਂ ਲਈ ਐਫਰਟਸ ਕਰਨੇ ਜ਼ਰੂਰੀ, ਸਭ ਕੁਛ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ। ਹਾਂ ਬਿਲਕੁਲ, ਕਦੇ ਵੀ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਤੁਹਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਜਦੋਂ ਆਪਾਂ ਹਾਰ ਗਏ ਤੇ ਸਮਝੋ ਫਿਰ ਢੇਰੀ ਟੱਠ ਗਈ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ PR ਵਿੱਚ ਰੁਕਾਵਟ, ਵਸ਼ੀਕਰਨ ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 87250-40658, 8725040658।